ਯਾ ਦੇਖੋ ਕਿੰਨਾ ਸੋਹਣਾ ਵਾ ਜੀ ਆਪਣੇ ਕਾਲਜ ਦਾ। ਦੇਖੋ ਵਧੀਆ ਐਨ ਸੋਫੇ ਸੂਫੇ ਲੱਗੇ ਪਏ ਨੇ, ਦੇਖੋ ਸਾਰਾ ਸਿਸਟਮ ਘੈਂਟ ਆ। ਪੰਜਾਬੀ ਬਹੁਤ ਹੈ ਕਾਲਜ ਦੇ ਵਿੱਚ, ਕਾਫੀ ਪੰਜਾਬੀ ਨੇ। ਜੇ ਤੁਹਾਨੂੰ ਲੱਗਦਾ ਹੈ ਨਾ ਵੀ ਸਕੈਚਮੈਨ 'ਚ ਪੰਜਾਬੀ ਨਹੀਂ ਹੋਣੇ ਜਾਂ ਇਹਨਾਂ ਕਾਲਜਾਂ ਦੇ ਵਿੱਚ, ਬਾਈ ਵਧੀਆ ਕਾਲਜ ਤੁਸੀਂ ਸੋਚ ਸਕਦੇ ਹਾਂ, ਠੀਕ ਆ। ਕਿਉਂਕਿ ਤੁਹਾਨੂੰ ਪਤਾ ਹੁਣ ਅੱਜ ਕੱਲ੍ਹ ਨਾ ਬਰੈਂਪਟਨ ਕੰਮ ਆ, ਕਿਤੇ ਵੀ ਕੰਮ ਨਹੀਂ ਹੈਗਾ, ਸੋ ਕਾਲਜਾਂ 'ਚ ਜਾਣ ਦੀ ਬਜਾਏ ਇੱਥੇ ਆਓ, ਇੱਥੇ ਕੰਮ ਲੱਭੋ ਅਤੇ 6 ਮਹੀਨਿਆਂ ਦੇ ਵਿੱਚ ਆਪਣੀ PR ਵੀ ਲੱਗ ਜਾਂਦੀ ਹੈ, ਹੈ ਨਾ, ਜੇ ਤੁਸੀਂ ਵਧੀਆ ਬੰਦੇ ਕੋਲ ਕੰਮ ਕਰਦੇ ਆ। सो हाँ जी, सत श्री अकाल जी सारिआं दा, की हाल चाल है जी। अज आपां आए आ सस्कैचवन दे कॉलेज, सस्कैचवन पॉलीटेक्निकल कॉलेज, ठीक है। आपां हैगा जी इस टाइम रजाइना दे विच, ते इह हैगा रजाइना दा कैंपस। ते गल करिए बई, आ हैगी है इह मेन बिल्डिंग इह कॉलेज दी, ठीक है। ते आपां दूजे पासे चैक करिए जी, उधर हैगी है यूनीवर्सिटी ऑफ रजाइना, रोड दे नाल लगदी, ठीक है। इह यूनीवर्सिटी ऑफ रजाइना ते कॉलेज बई इकट्ठे ही ने, ते इह हैगे आ खेतां दे विच बारो बार। जे उधर चैक करिए देखो, आले दुआले खेत ही खेत ने। ਅਤੇ ਜੇ ਇੱਧਰ ਦੇਖਿਆ ਜਾਵੇ ਤਾਂ ਬਾਈ ਇਹ ਹੈਗਾ ਕਾਲਜ, ਅਤੇ ਕਾਲਜ ਦੇ ਪਰਲੇ ਪਾਸੇ ਹੈਗਾ ਸਾਰਾ ਰਜਾਈਨਾ, ਠੀਕ ਆ। ਆਪਾਂ ਰਜਾਈਨਾ ਤੋਂ ਬਾਹਰਲੇ ਪਾਸੇ ਇਹ ਵਾਲਾ ਕਾਲਜ 'ਤੇ ਅੱਜ ਆਏ ਆਪਾਂ ਵੀਡੀਓ ਬਣਾਉਣ। ਆਪਣੇ ਭਰਾ ਦਾ ਹੈਗਾ ਜੀ ਅੱਜ ਆਈਲੈਟਸ ਦਾ ਇਗਜ਼ਾਮ, ਅਤੇ ਉਹ ਗਿਆ ਹੋਇਆ ਪੇਪਰ ਦੇਣ 3 ਘੰਟੇ ਦੇ ਲਈ। ਮੈਂ ਸੋਚਿਆ ਚਲੋ 3 ਘੰਟੇ ਆਪਣੇ ਕੋਲ ਫ੍ਰੀ ਹੈਗੇ, ਆਪਾਂ ਬਣਾਉਂਦੇ ਹਾਂ ਵੀਡੀਓ, ਅਤੇ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ, ਠੀਕ ਆ। ਉਹ ਵੀਡੀਓ ਜਿਹੜੀ ਆਈਲੈਟਸ ਵਾਲੀ ਸੀ ਉਹ ਆਪਣੀ ਪਹਿਲਾਂ ਆ ਗਈ, ਅਤੇ ਜਦੋਂ ਬੈਂਡ ਆਉਣਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ। ਬਾਕੀ ਬਾਈ ਆਪਣੇ ਨਾਲ ਦੇ ਸਾਰੇ ਅਗਸਤ ਇਨਟੇਕ ਦੇ ਵਿੱਚ ਇੱਥੇ ਆ ਰਹੇ ਹਾਂ, ਅਤੇ ਉਦੋਂ ਵੀ ਆਪਾਂ ਹੋਰ ਵੀਡੀਓ ਬਣਾਵਾਂਗੇ, ਠੀਕ ਆ। ਬਾਕੀ ਬਾਈ ਕਾਲਜ ਬਹੁਤ ਵਧੀਆ, ਮੈਂ 1-2 ਮੁੰਡਿਆਂ ਨੂੰ ਹੁਣੇ ਮਿਲਿਆ ਸੀ, ਕਹਿੰਦੇ ਠੀਕ ਆ ਗੱਲਬਾਤ ਆ, ਅਤੇ ਕੰਮ ਕੁੰਮ ਵੀ ਮਿਲਿਆ ਹੋਇਆ, ਮਿਲ ਵੀ ਜਾਂਦਾ, ਨਹੀਂ ਵੀ ਮਿਲਦਾ ਕਿਸੇ ਨੂੰ, ਇੱਕ ਨੂੰ ਮਿਲਿਆ ਸੀਗਾ, ਅਤੇ ਇੱਕ ਮੁੰਡਾ ਹੋਰ ਮਿਲਿਆ, ਉਹ ਕਹਿੰਦਾ ਮੈਨੂੰ ਕੰਮ ਨਹੀਂ ਮਿਲਿਆ। ਅਤੇ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ, ਠੀਕ ਆ, ਵਧੀਆ ਕਾਲਜ। ਬਾਕੀ ਆਪਾਂ ਅੰਦਰ ਚੱਲਦੇ ਹਾਂ, ਜਿੱਥੇ ਜਿੱਥੇ ਵੀਡੀਓ ਬਣੀ ਆਪਾਂ ਬਣਾਵਾਂਗੇ। ਅਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਚਲੋ ਚੱਲਦੇ ਹਾਂ। ਅਤੇ ਚਲੋ ਬਈ ਚੱਲੀਏ, ਆ ਜਾਓ ਦਿਖਾਈਏ ਤੁਹਾਨੂੰ। ਦੇਖੋ ਬਾਈ ਪਹਿਲਾਂ ਹੈਗੀ ਆ ਸਾਹਮਣੇ ਮੇਨ ਐਂਟਰੈਂਸ, ਅਤੇ ਉਦੋਂ ਬਾਅਦ ਵਿਜ਼ਟਰ ਪਾਰਕਿੰਗ। ਵਿਜ਼ਟਰ ਪਾਰਕਿੰਗ ਬਾਈ ਰਹੀ ਆ, ਉੱਥੇ ਆਪਾਂ ਕਾਰ ਖੜਾਈ ਆ, ਅਤੇ ਆਹ ਹੈਗੀ ਆ ਸਟੂਡੈਂਟ ਪਾਰਕਿੰਗ, ਠੀਕ ਆ। ਅਤੇ ਅੱਗੇ ਹੈਗੀ ਆ ਸਰਵਿਸ ਵਹੀਕਲ, ਇੱਧਰ ਖੜਦੀਆਂ, ਡੇ ਕੇਅਰ ਵੀ ਇੱਧਰ ਆ, ਅਤੇ ਆਪਾਂ ਚੱਲਦੇ ਹਾਂ ਪਹਿਲਾਂ ਮੇਨ ਬਿਲਡਿੰਗ ਵੱਲ, ਠੀਕ ਆ ਜੀ। ਅਤੇ ਲਓ ਬਈ ਦੇਖੋ, ਬੱਸ ਸਰਵਿਸ ਪੂਰੀ ਹੈ ਕਾਲਜ ਦੇ ਵਿੱਚ। ਦੇਖੋ ਬਾਈ 15 ਮਿੰਟ ਬਾਅਦ ਦੁਬਾਰਾ ਬੱਸ ਆਈ ਆ, ਉਹੀ 3 ਨੰਬਰ ਆਏ, ਠੀਕ ਆ ਜੀ। ਅਤੇ ਬਾਈ ਗੱਲ ਕਰੀਏ, ਬੱਸ ਸਟੈਂਡ ਉਹ ਰਿਹਾ ਬਿਲਕੁਲ ਕਾਲਜ ਦੇ ਸਾਹਮਣੇ, ਉੱਥੇ ਰੁਕਦੀ ਹੈ ਬੱਸ, ਬਟ ਇਹ ਵਾਲੀ ਨਹੀਂ ਰੁਕੀ, ਪਤਾ ਨਹੀਂ ਕਿਉਂ ਨਹੀਂ ਰੁਕੀ, ਬਟ ਉਹ ਬਣਿਆ ਹੋਇਆ ਬੱਸ ਸਟੈਂਡ, ਠੀਕ ਆ ਜੀ। ਇੱਦਾਂ ਘੁੰਮ ਕੇ ਲੰਘ ਜਾਂਦੀ ਆ। ਅਤੇ ਦੇਖੋ ਬਾਈ ਇਹ ਹੈਗਾ ਬੱਸ ਸਟੈਂਡ, ਯੇ ਭਾਬੀ ਜੀ ਚੜ੍ਹ ਜਾਓ ਬੱਸ। ਅਤੇ ਬਾਈ ਇਹ ਹੈਗਾ ਬੱਸ ਸਟੈਂਡ, ਠੀਕ ਆ। ਔਰ ਹੈਗੀ ਵਿਜ਼ਟਰ ਪਾਰਕਿੰਗ, ਆਹ ਵੀ ਪਾਰਕਿੰਗ, ਆਪਾਂ ਨਹੀਂ ਆਪਾਂ ਆਪਣੀ ਕਾਰ ਖੜਾਤੀ ਉੱਥੇ, ਅਤੇ ਆਹ ਆ ਗਈ ਮੇਨ ਬਿਲਡਿੰਗ, ਅਤੇ ਆਪਾਂ ਹੁਣ ਚੱਲਦੇ ਹਾਂ ਬਿਲਡਿੰਗ ਦੇ ਵਿੱਚ, ਤੁਹਾਨੂੰ ਦਿਖਾਉਂਦੇ ਹਾਂ, ਠੀਕ ਆ ਜੀ। ਅਤੇ ਬਾਕੀ ਬਾਈ ਅੰਦਰ ਸਿਕਿਉਰਿਟੀ ਵੀ ਆ, ਦੇਖਦੇ ਹਾਂ ਬੋਲਣ ਦੇਣਗੇ ਜਾਂ ਨਹੀਂ, ਜਿੱਦਾਂ ਵੀ ਹੋਇਆ ਆਪਾਂ ਟਰਾਈ ਕਰਾਂਗੇ ਵੀਡੀਓ ਬਣਾਉਣ ਦੀ ਅੰਦਰ, ਤੁਹਾਨੂੰ ਸਾਰਾ ਕੁਝ ਦਿਖਾਉਣ ਦੀ, ਠੀਕ ਆ। ਅਤੇ ਚਲੋ ਚੱਲਦੇ ਹਾਂ ਅੰਦਰ, ਆ ਜਾਓ। ਅਤੇ ਕਰੋ ਬਈ ਚੈੱਕ, ਇਹ ਹੈਗੀ ਆ ਮੇਨ ਐਂਟਰੈਂਸ, ਅਤੇ ਦੇਖੋ ਆਈਲੈਟਸ ਦਾ ਇਗਜ਼ਾਮ ਚੱਲ ਰਿਹਾ, ਉਰੇ ਚੱਲਦਾ ਬਈ 7ਵੇਂ ਫਲੋਰ 'ਤੇ, ਠੀਕ ਆ। ਉਰੇ ਰਜਾਈਨਾ ਦੇ ਵਿੱਚ ਸਾਰੇ ਪੇਪਰ ਇਹੀ ਕਾਲਜ ਦੇ ਵਿੱਚ ਹੁੰਦੇ ਆ ਆਈਲੈਟਸ ਵਾਲੇ, ਠੀਕ ਆ ਜੀ। ਅਤੇ ਚਲੋ ਅੰਦਰ ਚੱਲਦੇ, ਆ ਜਾਓ। ਲੈ ਬਈ ਬਾਬਿਓ, ਅਤੇ ਸਭ ਤੋਂ ਪਹਿਲਾਂ ਸੀਗੀ ਮੂਹਰੇ ਸਿਕਿਉਰਿਟੀ, ਮੈਂ ਉਹਨਾਂ ਮੂਹਰੇ ਵੀਡੀਓ ਨਹੀਂ ਬਣਾਈ। ਅਤੇ ਲੋਕਰ ਲੁੱਕਰ ਚੈੱਕ ਕਰੋ, ਦੇਖੋ ਯੇ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਨਾ ਆਪਾਂ ਲੋਕਰ ਲੁੱਕਰ ਜੇ, ਅਤੇ ਦੇਖੋ ਕਿੰਨੇ ਜ਼ਿਆਦਾ ਲੋਕਰ ਨੇ, ਸਟੂਡੈਂਟਾਂ ਦੀ ਹੋਣੇ ਆ, ਪਤਾ ਨਹੀਂ ਕਿਹਨਾਂ ਦੇ ਆ। ਅਤੇ ਆਹ ਆਫਿਸ ਉਫਿਸ ਆ ਮੇਨ, ਅਤੇ ਇੱਧਰ ਹੈਗਾ ਵਾਸ਼ਰੂਮ ਵੀ, ਵਾਈਫਾਈ ਫ੍ਰੀ ਆ ਬਾਈ ਉਰੇ, ਠੀਕ ਆ ਜੀ। ਅਤੇ ਆਪਾਂ ਦਿਖਾਉਂਦੇ ਆ ਇੱਧਰ, ਅਤੇ ਬਾਹਰਲੇ ਪਾਸੇ ਵੀ ਚੱਲਾਂਗੇ ਆਪਾਂ, ਠੀਕ ਆ ਜੀ। ਅਤੇ ਲਓ ਬਈ ਉਦੋਂ ਬਾਅਦ ਆ ਗਈਆਂ ਲਿਫਟਾਂ, ਅਤੇ ਆਪਣਾ ਭਰਾ ਗਿਆ ਹੋਇਆ ਪੇਪਰ ਦੇਣ ਉੱਪਰ 7ਵੇਂ ਫਲੋਰ 'ਤੇ। ਅਤੇ ਇੱਧਰ ਹੈਗਾ ਬਾਈ ਸਟੂਡੈਂਟ ਰਿਕਰੂਟਮੈਂਟ, ਠੀਕ ਆ, ਜੋ ਵੀ ਇਹਨੂੰ ਕਹਿੰਦੇ ਆ। ਅਤੇ ਬਾਈ ਅੱਜ ਕੋਈ ਨਹੀਂ ਹੈਗਾ, ਅੱਜ ਹੈਗਾ ਸੈਟਰਡੇ, ਅਤੇ ਬਸ ਅੱਜ ਪੇਪਰ ਵਾਲੀ ਨੇ ਜਿਹੜੇ 10-15 ਜਣੇ ਆਏ ਨੇ, ਉਦੋਂ ਬਿਨਾਂ ਕੋਈ ਸਟੂਡੈਂਟ ਨਹੀਂ, ਕੋਈ ਟੀਚਰ ਨਹੀਂ ਉਰੇ, ਕੋਈ ਨਹੀਂ ਹੈਗਾ। ਅਤੇ ਆਪਾਂ ਦਿਖਾਉਂਦੇ ਚੱਲਦੇ ਹਾਂ, ਦੇਖੋ ਇੱਧਰ ਆ ਕੀ ਲਿਖਿਆ, ਅਰਲੀ ਚਾਈਲਡਹੁੱਡ ਐਜੂਕੇਸ਼ਨ ਪ੍ਰੋਗਰਾਮ। ਅਤੇ ਚਲੋ ਬਈ ਆਪਾਂ ਚੱਲਦੇ ਹਾਂ ਬਾਹਰ, ਅੰਦਰ ਤਾਂ ਬਾਈ ਕੁਛ ਨਹੀਂ ਹੈਗਾ, ਤੁਹਾਨੂੰ ਦਿਖਾਉਂਦੇ ਹਾਂ ਬਾਹਰਲੇ ਪਾਸੇ, ਆ ਜਾਓ। ਅਤੇ ਲਓ ਵੀ ਮਿੱਤਰੋ ਆਪਾਂ ਆ ਗਏ ਹਾਂ ਬਾਹਰ, ਦੇਖੋ ਇੰਨਾ ਕੁ ਕਾਲਜ ਆਈ, ਬਸ ਇਹਦੇ ਵਿੱਚ ਆ ਸਾਰਾ ਕੁਛ, ਮੈਨੂੰ ਲੱਗਿਆ ਕਿਤੇ ਅੱਗੇ ਵੀ ਕੁਛ ਆਊ। ਅਤੇ ਅੱਗੇ ਦੇਖੋ ਬਾਈ ਔਰ ਹੈਗੀ ਯੂਨੀਵਰਸਿਟੀ, ਠੀਕ ਆ, ਯੂਨੀਵਰਸਿਟੀ ਆਫ ਰਜਾਈਨਾ ਵਾ, ਅਤੇ ਬਾਕੀ ਸਾਰਾ ਰਜਾਈਨਾ ਆਪਣਾ ਉੱਧਰ ਹੈਗਾ, ਆਪਾਂ ਰਹਿੰਦੇ ਹਾਂ ਈਸਟ ਸਾਈਡ ਆ ਉੱਥੇ, ਠੀਕ ਆ, ਉੱਥੇ ਕਿਤੇ ਰਹਿੰਦੇ ਹਾਂ। ਅਤੇ ਉਹ ਸਾਰਾ ਰਜਾਈਨਾ ਵਾ, ਅਤੇ ਇੰਨਾ ਕੁ ਕੁਛ ਆ ਬਾਈ ਉਰੇ, ਠੀਕ ਆ, ਆਹੀ ਬਿਲਡਿੰਗ ਦੇ ਵਿੱਚ ਹੈ ਸਾਰਾ ਕਾਲਜ। ਬਾਕੀ ਤੁਹਾਨੂੰ ਅੰਦਰ ਜਾ ਕੇ ਫਿਰ ਦਿਖਾਉਂਦੇ ਹਾਂ ਕੁਝ ਜੇ ਦਿਖਾਉਣਾ ਹੋਇਆ, ਠੀਕ ਆ ਜੀ। ਚਲੋ ਫਿਰ, ਅਤੇ ਬਈ ਕਾਲਜ ਦੀ ਗੱਲ ਕਰੀਏ, ਕਾਲਜ ਹੈਗਾ ਇੱਕੋ ਬਿਲਡਿੰਗ 'ਚ ਆ, ਬਟ ਕਾਫੀ ਵੱਡਾ ਵਾ। ਬਾਕੀ ਹੋਰ ਕੁਛ ਜੋ ਜੋ ਦੇਖਦਾ ਮੈਂ ਤੁਹਾਨੂੰ ਦਿਖਾਉਣਾ, ਠੀਕ ਆ ਜੀ। ਦੇਖੋ ਬਾਈ ਇੱਧਰ ਹੈਗਾ
ਬੁੱਕ ਸਟੋਰ ਕੈਫੇਟੇਰੀਆ ਸਾਰਾ ਕੁਝ ਥੱਲੇ ਹੀ ਆ ਫਿਟਨੈਸ ਸੈਂਟਰ ਵੀ ਥੱਲੇ ਹੀ ਆ ਚਲੋ ਭਾਬੀ ਜੀ ਜਾ ਰਹੇ ਨੇ ਚਲੋ ਭਾਬੀ ਜੀ ਦੇਖੀਏ ਕੁਝ ਲੈ ਬਈਆ ਉਹ ਆ ਗਿਆ ਕਾਮਨਸ ਕੈਫੇਟੇਰੀਆ ਆ ਗਿਆ ਸੱਚ ਬਾਈ ਆਪਾਂ ਚੱਲਦੇ ਹਾਂ ਕੈਫੇਟੇਰੀਆ ਭਾਬੀ ਕੁਝ ਖਾਣਾ ਖਵਾ ਰਹੇ ਹਾਂ ਕੁਝ ਚਲੋ ਦੇਖੋ ਬਾਈ ਇੱਧਰ ਹੈਗਾ ਕੈਫੇਟੇਰੀਆ ਕੈਫੇਟੇਰੀਆ ਵੀ ਮੈਨੂੰ ਵੈਸੇ ਲੱਗਦਾ ਬੰਦ ਕਿਉਂਕਿ ਅੱਜ ਤਾਂ ਕੋਈ ਆਇਆ ਹੀ ਨਹੀਂ ਅਤੇ ਲਓ ਜੀ ਮਿੱਤਰੋ ਕਰੋ ਚੈੱਕ ਆਪਣਾ ਕੈਫੇਟੇਰੀਆ ਦੇਖੋ ਕਿੰਨਾ ਸੋਹਣਾ ਬਾਈ ਆਪਣੇ ਕਾਲਜ ਦਾ ਦੇਖੋ ਵਧੀਆ ਐਨ ਸੋਫੇ ਸੂਫੇ ਲੱਗੇ ਪਏ ਨੇ ਦੇਖੋ ਸਾਰਾ ਸਿਸਟਮ ਘੈਂਟ ਆ ਮੈਕਰੋ ਮੁਕਰੋ ਨੇ ਇੱਥੇ ਆਪਾਂ ਰੋਟੀ ਗਰਮ ਕਰਾਂਗੇ ਠੀਕ ਆ ਆਪਣੇ ਪਰੌਂਠੇ ਲਿਆਉਂਦੇ ਆਪਾਂ ਅਤੇ ਕਰੋ ਚੈੱਕ ਸੋਹਣਾ ਵਾ ਬਾਈ ਸਾਰਾ ਵਧੀਆ ਕਾਲਜ ਆ ਅਤੇ ਦੇਖੋ ਹੈ ਨਾ ਵਧੀਆ ਗੱਲਬਾਤ ਆ ਬਾਕੀ ਬਾਈ ਪੰਜਾਬੀ ਬਹੁਤ ਹੈ ਕਾਲਜ ਦੇ ਵਿੱਚ ਕਾਫੀ ਪੰਜਾਬੀ ਨੇ ਜੇ ਤੁਹਾਨੂੰ ਲੱਗਦਾ ਹੈ ਨਾ ਵੀ ਸਕੈਚਮੈਨ 'ਚ ਪੰਜਾਬੀ ਨਹੀਂ ਹੋਣੇ ਜਾਂ ਇਹਨਾਂ ਕਾਲਜਾਂ ਦੇ ਵਿੱਚ ਪੰਜਾਬੀ ਬਹੁਤ ਆ ਵਧੀਆ ਨੇ ਕਾਫੀ ਨੇ ਉਰੇ ਹੈ ਨਾ ਕਿਉਂਕਿ ਜਿੰਨੇ ਕੁ ਮੈਨੂੰ ਇੰਸਟਾਗ੍ਰਾਮ ਦੇ ਮੈਸੇਜ ਆਉਂਦੇ ਆ ਨਾ ਇਹ ਵਾਲੇ ਕਾਲਜ ਦੇ ਸੋ ਕਾਫੀ ਪੰਜਾਬੀ ਨੇ ਉਰੇ ਤੁਸੀਂ ਚੈੱਕਆਊਟ ਮਤਲਬ ਵਧੀਆ ਕਾਲਜ ਹੈ ਨਾ ਤੁਸੀਂ ਦੇਖ ਸਕਦੇ ਆ ਅਤੇ ਆਪਣੀ ਕਮਿਊਨਿਟੀ ਕਾਫੀ ਆ ਇੰਡੀਅਨ ਵੀ ਨੇ ਅਤੇ ਬਾਕੀ ਕੈਫੇਟੇਰੀਆ ਵੀ ਵਧੀਆ ਅਤੇ ਹੁਣ ਆਪਾਂ ਬਾਹਰ ਚੱਲਦੇ ਹਾਂ ਅਤੇ ਤੁਹਾਨੂੰ ਬਾਹਰ ਦਿਖਾਉਂਦੇ ਹਾਂ ਠੀਕ ਹੈ ਜੀ ਇੱਧਰ ਵੀ ਕੈਫੇਟੇਰੀਆ ਬਹਿਣ ਬੋਣ ਨੂੰ ਠੀਕ ਆ ਬਾਕੀ ਸਾਰਾ ਕੁਝ ਬੰਦੇ ਆ ਬਾਈ ਅੱਜ ਦੇਖੋ ਕਿਉਂਕਿ ਅੱਜ ਹੈਗਾ ਸੈਟਰਡੇ ਅਤੇ ਆਹ ਵੀ ਬਣੀਆਂ ਹੋਈਆਂ ਬਾਈ ਖਾਣ ਪੀਣ ਲਈ ਦੇਖੋ ਕੌਫੀ ਕੂਫੀ ਕੱਢਣੀ ਆ ਲੇਜ਼ ਲੂਜ਼ ਸਾਰਾ ਕੁਛ ਅਤੇ ਉੱਧਰੋਂ ਬਾਈ ਫੇਰ ਬਾਹਰ ਨਿਕਲ ਜਾਂਦਾ ਠੀਕ ਆ ਅਤੇ ਬਾਕੀ ਬਾਈ ਕਾਲਜ ਠੀਕ ਆ ਵਧੀਆ ਹੈ ਨਾ ਜੇ ਤੁਸੀਂ ਪੀ ਆਰ ਲਈ ਹੀ ਆ ਰਹੇ ਹਾਂ ਸੋਚ ਰਹੇ ਹਾਂ ਸੋ ਇੱਥੇ ਹੀ ਆਜੋ ਹੈ ਨਾ ਇਹਨਾਂ ਕਾਲਜਾਂ ਦੇ ਵਿੱਚ ਆਓ ਪੜ੍ਹੋ ਨਾਲੇ ਸਹੀ ਆ ਕਾਲਜ ਵਧੀਆ ਨੇ ਪਾਸ ਪੂਸ ਵੀ ਮੈਂ ਸੁਣਿਆ ਹੋ ਵੀ ਜਾਂਦੇ ਨੇ ਉਰੇ ਕੀ ਆ ਜੀ ਇੱਥੇ ਅਤੇ ਬਾਈ ਇੱਥੇ ਰਿਬੋਟ ਰਬੂਟ ਜੇ ਬਣਦੇ ਨੇ ਪਤਾ ਨਹੀਂ ਕੀ ਚੱਕਰ ਆ ਪਲੰਬਰ ਪਲੰਬਰ ਦਾ ਵੀ ਹੈਗਾ ਬਾਈ ਕੰਮ ਅੰਦਰ ਅਤੇ ਬਾਈ ਵਧੀਆ ਕਾਲਜ ਤੁਸੀਂ ਸੋਚ ਸਕਦੇ ਹਾਂ ਠੀਕ ਆ ਕਿਉਂਕਿ ਤੁਹਾਨੂੰ ਪਤਾ ਹੁਣ ਅੱਜ ਕੱਲ੍ਹ ਨਾ ਬਰੈਂਪਟਨ ਕੰਮ ਆ ਕਿਤੇ ਵੀ ਕੰਮ ਨਹੀਂ ਹੈਗਾ ਸੋ ਉਹ ਕਾਲਜਾਂ 'ਚ ਜਾਣ ਦੀ ਬਜਾਏ ਇੱਥੇ ਆਓ ਇੱਥੇ ਕੰਮ ਲੱਭੋ ਅਤੇ 6 ਮਹੀਨਿਆਂ ਦੇ ਵਿੱਚ ਆਪਣੀ ਪੀ ਆਰ ਵੀ ਲੱਗ ਜਾਂਦੀ ਹੈ ਹੈ ਨਾ ਜੇ ਤੁਸੀਂ ਵਧੀਆ ਬੰਦੇ ਕੋਲ ਕੰਮ ਕਰਦੇ ਆ ਬਸ ਰੌਲਾ ਬਾਈ ਇਹੀ ਆ ਹੁਣ ਜੇ ਤੁਸੀਂ ਆਉਂਦੇ ਆ ਉਰੇ ਜੇ ਕੰਮ ਨਾ ਮਿਲਿਆ ਫਿਰ ਬਹੁਤ ਔਖਾ ਉਰੇ ਸਰਵਾਈਵ ਕਰਨਾ ਬਟ ਜੇ ਤੁਸੀਂ ਇਹ ਕਾਲਜ ਦੇ ਵਿੱਚ ਆਉਂਦੇ ਆ ਜੇ ਤੁਹਾਨੂੰ ਕੰਮ ਵੀ ਮਿਲ ਜਾਂਦਾ ਫਿਰ ਬਹੁਤ ਵਧੀਆ ਹੈ ਨਾ ਫਿਰ ਚਿੱਲ ਆ ਕੰਮ ਉਰੇ ਹੈ ਨਾ ਕਿਉਂਕਿ ਉਰੇ ਹੈਗੇ ਖਰਚੇ ਬਾਈ ਬਹੁਤ ਘੱਟ ਹਰ ਚੀਜ਼ ਦਾ ਖਰਚਾ ਘੱਟ ਆ ਕਾਰ ਦਾ ਖਰਚਾ ਘੱਟ ਆ ਹੈ ਨਾ ਸਾਰਾ ਕੁਝ ਸੈੱਟ ਆ ਅਤੇ ਦੇਖੋ ਬਾਈ ਕਾਲਜ ਚੈੱਕ ਕਰੋ ਲੈ ਬਾਈ ਜਿਹਨੂੰ ਬਿਲਡਿੰਗ ਬੁਲਡਿੰਗ ਦਾ ਸਵਾਦ ਆਉਂਦਾ ਜਾਂ ਕਰਨੀ ਚਾਹੁੰਦਾ ਵਾ ਦੇਖੋ ਬਿਲਡਿੰਗ ਵਾਲਾ ਵੀ ਸਿਸਟਮ ਬਣਿਆ ਇੱਧਰ ਇੱਧਰ ਆਟੋ ਬੋਡੀ ਮਤਲਬ ਸਾਰਾ ਕੁਛ ਆ ਠੀਕ ਆ ਮਕੈਨਿਕ ਮਕੂਨਿਕ ਵਾਲਾ ਸਿਸਟਮ ਸਾਰਾ ਹੈ ਉਰੇ ਅਤੇ ਗੱਲ ਕਰੀਏ ਦੇਖੋ ਲੋਕਰ ਲੁੱਕਰ ਸਾਰੇ ਬਹੁਤ ਬਣੇ ਹੋਏ ਆ ਬਾਈ ਮੈਂ ਸੈਂਟ ਕਲੇਅਰ ਦੇ ਵਿੱਚ ਪੜ੍ਹਿਆ ਉੱਥੇ ਕੋਈ ਲੋਕਰ ਨਹੀਂ ਸਾਨੂੰ ਤਾਂ ਕੋਈ ਦਿੱਤਾ ਨਹੀਂ ਅੱਜ ਤਾਂ ਫਿਲਮਾਂ 'ਚ ਦੇਖਿਆ ਸੀਗਾ ਲੋਕਰ ਆ ਭਾਬੀ ਵੀ ਸਾਡੇ ਸੈਂਟ ਕਲੇਅਰ 'ਚ ਪੜ੍ਹੇ ਨੇ ਤੁਹਾਨੂੰ ਮਿਲਿਆ ਜੀ ਲੋਕਰ ਉੱਥੇ ਅੱਛਾ ਸਟੂਡੈਂਟ ਲਈ ਨਹੀਂ ਹੁੰਦਾ ਬਾਈ ਇਹ ਸਟਾਫ ਲਈ ਆ ਮੈਂ ਉੱਦਾਂ ਹੀ ਬੋਲੀ ਜਾਂਦਾ ਅਤੇ ਆਪਾਂ ਨਿਕਲ ਲੱਗੇ ਹਾਂ ਬਾਈ ਬਾਹਰ ਅਤੇ ਬਾਹਰ ਤੁਹਾਨੂੰ ਦਿਖਾਉਂਦੇ ਹਾਂ ਆ ਜਾਓ ਜੀ ਲੈ ਬਾਈ ਸਾਰਾ ਹੋ ਗਿਆ ਸਕੈਚਮੈਨ ਕਾਲਜ ਆਪਣਾ ਜਿਹੜਾ ਪੋਲੀਟੈਕਨੀਕਲ ਕਾਲਜ ਆ ਨਾ ਇਹ ਹੋ ਗਿਆ ਬਾਈ ਡਨ ਇੱਥੇ ਧੱਕੇ ਸੀਗਾ ਠੀਕ ਆ ਮੇਨ ਗੱਲ ਬਾਈ ਕਾਲਜ ਸੋਹਣੇ ਸੋਹਣੇ ਦੀ ਕੋਈ ਨਹੀਂ ਹੈਗੀ ਗੱਲ ਮੇਨ ਇਹੀ ਆ ਵੀ ਜੇ ਤੁਸੀਂ ਆ ਹੀ ਰਹੇ ਆ ਸਟੱਡੀ ਕਰਨ ਹੈ ਨਾ ਸੋ ਇਹਨਾਂ ਕਾਲਜਾਂ ਦੇ ਵਿੱਚ ਆ ਜਾਓ ਤੁਹਾਨੂੰ ਪਤਾ ਕੰਮ ਤਾਂ ਕਿਤੇ ਵੀ ਨਹੀਂ ਰਿਹਾ ਨਾ ਸੋ ਜੇ ਤੁਹਾਨੂੰ ਇੱਥੇ ਆ ਕੇ ਕੰਮ ਮਿਲਦਾ ਤਾਂ ਬੈਸਟ ਆ ਹੈ ਨਾ ਅਤੇ ਨਾਲੇ ਸਟੱਡੀ ਇੱਥੇ ਕਰੋ ਨਾਲੇ ਛੇਤੀ ਪੀ ਆਰ ਹੋ ਜਾਓ ਉਦੋਂ ਬਾਅਦ ਸੋਚੋ ਭਾਈ ਕਿੱਥੇ ਮੂਵ ਹੋਣਾ ਜਾਂ ਹੋਣਾ ਜਾਂ ਨਹੀਂ ਵੈਸੇ ਬਾਈ ਰਿਜਾਈਨਾ ਬਹੁਤ ਵਧੀਆ ਵਾ ਆਪਣਾ ਤਾਂ ਜੀ ਲੱਗ ਗਿਆ ਉਰੇ ਤੁਹਾਡਾ ਵੀ ਲੱਗੇ ਜਾਣਾ ਹੈ ਨਾ ਹੌਲੀ ਹੌਲੀ ਬਾਕੀ ਬਾਈ ਕਾਫੀ ਜਾਣੇ ਹੁਣ ਤਾਂ ਬਾਈ ਸਪਟੰਬਰ ਇਨਟੇਕ ਜੋ ਵੀ ਅਗਲਾ ਆ ਰਿਹਾ ਅਗਸਤ ਦੇ ਵਿੱਚ ਆਪਣੇ ਨਾਲ ਦੇ ਕਾਫੀ ਆ ਰਹੇ ਨੇ ਹੈ ਨਾ ਵਧੀਆ ਵਾ ਚਿੱਲ ਆ ਬਾਕੀ ਬਾਈ ਵੀਡੀਓ ਦੇਖਦੇ ਰਿਹਾ ਕਰੋ ਸਟੂਡੈਂਟਾਂ 'ਤੇ ਮੈਂ ਵੀਡੀਓ ਬਣਾਇਆ ਕਰੂੰਗਾ ਠੀਕ ਆ ਯੂਨੀਵਰਸਿਟੀ ਔਫ ਰਿਜਾਈਨਾ 'ਤੇ ਹੀ ਬਣਾਊਂਗਾ ਅਤੇ ਆਪਣੇ ਨਾਲ ਦਾ ਜਿਹੜਾ ਮੁੰਡਾ ਵਾ ਉਰੇ ਆਊਗਾ ਕਾਲਜ ਦੇ ਵਿੱਚ ਆਪਾਂ ਫਿਰ ਦੁਬਾਰਾ ਵੀਡੀਓ ਬਣਾਊਂਗੇ ਠੀਕ ਆ ਅਤੇ ਲਓ ਬਾਈ ਕਰੋ ਚੈੱਕ ਡੋਰ ਹੋ ਗਏ ਬੰਦ ਸਾਰੇ ਇੱਧਰੋਂ ਐਂਟਰ ਹੋ ਹੀ ਨਹੀਂ ਹੋਣਾ ਠੀਕ ਆ ਇਹ ਸੀਗਾ ਬਾਈ ਬੈਕ ਸਾਈਡ ਆਫ ਕਾਲਜ ਠੀਕ ਆ ਅਤੇ ਹੁਣ ਆਪਾਂ ਚੱਲਦੇ ਹਾਂ ਉੱਧਰ ਦੀ ਸਾਡੇ ਕੋਲ ਹੈਗੇ ਬਾਈ ਪਰੌਂਠੇ ਅਤੇ ਉਰੇ ਕੈਫੇਟੇਰੀਆ ਦੇ ਵਿੱਚ ਮੈਕਰੋ ਮੁਕਰੋ ਲੱਗੀਆਂ ਹੋਈਆਂ ਮੈਂ ਕਿਹਾ ਚੱਲ ਗਰਮ ਕਰਕੇ ਪਰੌਂਠੇ ਖਾਂਦੇ ਹਾਂ ਉਹਨਾਂ ਚਿਰ ਫਿਰ ਆਜੂਗਾ ਭਰਾ ਹੈ ਨਾ ਅਤੇ ਬਾਕੀ ਬਾਈ ਮੈਂ ਵੀਡੀਓ ਮੈਨੂੰ ਪਤਾ ਐਡੀ ਵਧੀਆ ਨਹੀਂ ਬਣੀ ਹੈ ਨਾ ਰਿਵਿਊ ਕੁਛ ਨਹੀਂ ਸੀ ਕਿਉਂਕਿ ਉਰੇ ਨਾ ਸਟੂਡੈਂਟਾਂ ਦਾ ਕੋਈ ਸੀਗਾ ਹੈ ਨਾ ਤਾਂ ਕਰਕੇ ਕੋਈ ਨਹੀਂ ਅਗਲੀਆਂ ਵੀਡੀਓ ਆਪਾਂ ਅਗਲੇ ਮਹੀਨੇ ਆਪਣੇ ਨਾਲ ਦਿਆਂ ਨੇ ਆ ਜਾਣਾ ਠੀਕ ਆ ਅਗਸਤ ਦੇ ਵਿੱਚ ਸੋ ਉਹਨਾਂ ਨਾਲ ਵਧੀਆ ਵਧੀਆ ਵੀਡੀਓ ਬਣਾਵਾਂਗੇ ਬਾਕੀ ਬਾਈ ਉਰੇ ਹੈਗਾ ਸਕੈਚਮੈਨ ਦੇ ਵਿੱਚ ਇੱਕ ਇਹ ਕਾਲਜ ਆ ਠੀਕ ਆ ਸਕੈਚਮੈਨ ਪੋਲੀਟੈਕਨੀਕਲ ਇਹ ਸਭ ਕੀਤੀ ਆ ਠੀਕ ਆ ਰਜਾਈਨਾ ਦੇ ਵਿੱਚ ਵੀ ਆ ਮੂਸਜਾ ਉੱਥੇ ਵੀ ਹੈਗਾ ਵਾ ਅਤੇ ਇੱਕ ਪ੍ਰਿੰਸ ਐਡਵਰਡ ਉੱਥੇ ਵੀ ਹੈਗਾ ਠੀਕ ਆ ਵਧੀਆ ਕਾਲਜ ਆ ਜਿੰਨਾ ਕੁ ਮੈਂ ਇੱਥੇ ਹੀ ਸੁਣਿਆ ਵਾ ਅਤੇ ਇੱਕ ਹੈਗੀ ਆ ਬਾਈ ਯੂਨੀਵਰਸਿਟੀ ਆਫ ਰਜਾਈਨਾ ਠੀਕ ਆ ਜੇ ਤੁਸੀਂ ਆ ਰਹੇ ਆ ਤਾਂ ਇਹਨਾਂ ਦੋਹਾਂ ਦੇ ਵਿੱਚ ਸੋਚ ਸਕਦੇ ਆ ਵਧੀਆ ਨੇ ਕਾਲਜ ਬਾਕੀ ਬਾਈ ਹੋਰ ਕਾਫੀ ਜਾਣਿਆਂ ਨੇ ਉਰੇ ਵੀਡੀਓ ਬਣਾਈਆਂ ਹੋਣੀਆਂ ਤੁਸੀਂ ਉਹਨਾਂ ਦੀਆਂ ਚੈੱਕ ਕਰ ਸਕਦੇ ਆ ਆਪਣੀ ਤਾਂ ਇੱਦਾਂ ਹੀ ਸੀ ਬਸ ਸੁਜੈਸਟ ਮੈਂ ਉੱਦਾਂ ਹੀ ਬਣਾਤੀ ਮੈਨੂੰ ਲੱਗਦਾ ਵਧੀਆ ਨਹੀਂ ਬਣੀ ਜਿੱਦਾਂ ਹੀ ਬਣੀ ਠੀਕ ਆ ਬਾਕੀ ਹੈ ਨਾ ਤੁਸੀਂ ਬਾਈ ਖਿਆਲ ਰੱਖਿਓ ਆਪਣਾ ਠੀਕ ਆ ਵਧੀਆ ਵਧੀਆ ਹੋਰ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਸਟੂਡੈਂਟ ਸਾਰੇ ਆਪਾਂ ਨੂੰ ਕਰ ਲਓ ਫੋਲੋ ਹੈ ਨਾ ਆਪਾਂ ਆਉਂਦੇ ਜਾਂਦੇ ਰਹਿਣਾ ਆਪਣਾ ਜੀ ਲੱਗਿਆ ਪਿਆ ਰਜਾਈਨਾ ਦੇ ਵਿੱਚ ਅਤੇ ਜਦੋਂ ਛੁੱਟੀ ਛੱਟੀ ਹੋਇਆ ਕਰੂ ਜਦੋਂ ਉਰੇ ਸਟੂਡੈਂਟ ਆ ਗਏ ਫਿਰ ਆਪਾਂ ਉਰੇ ਆਇਆ ਕਰਾਂਗੇ ਠੀਕ ਆ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਬਾਏ ਅਤੇ
सोच सकते हैं उरे कई बार क्योंकि बंदे नूं लगदा हुंदा यार कॉलेज दे विच बस जाऊ जां नहीं जाऊ बसां हैगी उरे सर्विस वधिया गोडा ठीक है जी। बाकी भाई अज शाम नूं तुहाडे भरा ने लोड भी लैके जाना वा देखो दो वीडियो बढ़ रही हैं एक एलर्ट्स वाली आपां पाती आ तुसीं देख ली होणी जे नहीं देखी वह भी देख लियो ते आह वीडियो होगी ते उस तों बाद आपां ट्रक ते चले जाणा उह ते वीडियो बना देनी ठीक है जी। बाकी ध्यान रखियो अपना मिलदे हां।